ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਨਾਮ ਕੀ ਤੁਹਾਡਾ ਜੀ? ਸਪਨਾ। ਬੱਚੇ ਦਾ ਕੀ ਨਾਮ ਆ? ਗੁਰਬਾਜ ਸਿੰਘ। ਪਿੰਡ ਕਿਹੜਾ ਆ? ਮੰਡਾਲੀ। ਠੀਕ ਆ, ਤੇ ਬੱਚੇ ਨੂੰ ਕੀ ਪ੍ਰੋਬਲਮ ਸੀ ਦੱਸੋ? ਉਹਦੇ ਆ ਇਹ ਖੇਡਦਾ ਹੋਇਆ ਡਿੱਗ ਗਿਆ ਸੀ ਤੇ ਇਹਦੀਆਂ ਹੱਡੀਆਂ ਦੋ ਟੁੱਟ ਗਈਆਂ ਸੀ, ਸੱਜੀ ਬਾਂਹ ਦੀਆਂ। ਠੀਕ ਆ। ਹਾਂਜੀ, ਤੇ ਮੁੜ ਕੇ ਦੋ ਤਿੰਨ ਥਾਵਾਂ ਤੋਂ ਦਿਖਾਇਆ ਵੀ ਸੀ ਅਸੀਂ ਤੇ ਸੈੱਟ ਨਹੀਂ ਆਇਆ, ਫਿਰ ਸਾਨੂੰ ਕਿਸੇ ਨੇ ਇੱਥੇ ਭੇਜਿਆ ਸੀ। ਅੱਛਾ, ਪਹਿਲਾਂ ਵੀ ਦਿਖਾ ਲਿਆ ਸੀਗਾ? ਹਾਂਜੀ, ਦੋ ਤਿੰਨ ਜਗ੍ਹਾ ਤੇ। ਹਾਂਜੀ, ਗੱਲ ਬਣੀ ਨਹੀਂ? ਨਹੀਂ। ਫਿਰ ਅਸੀਂ ਕੀਤਾ ਇੱਥੇ, ਤੁਸੀਂ ਸਾਡੇ ਕੋਲ ਲੈ ਕੇ ਆਏ? ਪਲਾਸਟਰ ਹੋਇਆ ਵਾ, ਫਿਰ ਹੁਣ ਅੱਜ ਪਲਾਸਟਰ ਖੋਲਿਆ ਵਾ 10 ਦਿਨਾਂ ਬਾਅਦ। ਠੀਕ, ਤੇ ਹੁਣ ਸੋਜ ਵੀ ਹੈ ਨਹੀਂ ਤੇ ਬਾਂਹ ਵੀ ਠੀਕ ਹੋ ਗਈ ਆ। ਹੱਡੀਆਂ ਜੁੜ ਗਈਆਂ? ਹਾਂਜੀ। ਮਤਲਬ ਖੁਸ਼ ਆ ਤੁਸੀਂ ਇਲਾਜ ਤੋਂ? ਆਇਆ ਜੀ, ਪਲਾਸਟਰ ਕੱਟਿਆ ਇਹਨਾਂ ਦਾ ਨਾ। ਹਾਂਜੀ, ਚੱਕੋ ਤਾਂ ਭਾਜੀ। ਹੁਣ ਬੱਚਾ ਤੁਹਾਡਾ ਬਿਲਕੁਲ ਠੀਕ ਆ? ਹਾਂਜੀ, ਕੋਈ ਪ੍ਰੋਬਲਮ ਨਹੀਂ ਹੈਗੀ। ਇਹਦੀ ਹੱਡੀਆਂ ਦੋਈ ਟੁੱਟ ਗਈਆਂ ਸੀ ਨਾ? ਹਾਂਜੀ। ਐਕਸਰੇ ਦੇਖਿਆ ਵੀ ਹੱਡੀ ਟੁੱਟੀਆਂ ਕਿਤੇ? ਹਾਂਜੀ, ਅਸੀਂ ਦੇਖਿਆ ਸੀ। ਠੀਕ ਹੈ, ਮਤਲਬ ਹੁਣ ਬੱਚਾ ਠੀਕ ਹੈ ਨਾ? ਹਾਂਜੀ, ਠੀਕ ਹੈ। ਹਾਂਜੀ ਭਾਜੀ। ਹਾਂਜੀ ਭਾਜੀ। ਹਾਂਜੀ ਡਾਕਟਰ ਸਾਹਿਬ, ਬੱਚਾ ਸਾਡਾ ਬਿਲਕੁਲ ਠੀਕ ਹੈ ਜੀ? ਠੀਕ ਹੈ ਜੀ। ਪਹਿਲਾਂ ਅਸੀਂ ਦੋ ਤਿੰਨ ਜਗ੍ਹਾ ਗਏ ਸੀ, ਹੱਡੀਆਂ ਦੋ ਇਹਨਾਂ ਦੀਆਂ ਮਤਲਬ ਟੁੱਟ ਗਈਆਂ ਸੀ। ਠੀਕ ਹੈ ਜੀ। ਅਤੇ ਉੱਥੇ ਦੋ ਤਿੰਨ ਜਗ੍ਹਾ 'ਤੇ ਅਸੀਂ ਦਿਖਾਇਆ ਸੀ, ਕਿਸੇ ਨੂੰ ਨਹੀਂ ਮਤਲਬ ਸੈੱਟ ਆਇਆ ਜੀ। ਫਿਰ ਪਿੰਡੋਂ ਸਾਨੂੰ ਕਿਸੇ ਨੇ ਭੇਜਿਆ ਸੀ ਤੁਹਾਡੇ ਕੋਲ, ਫਿਰ ਇੱਥੋਂ ਮਤਲਬ ਤੁਸੀਂ ਉੱਦਣ ਚੈੱਕਅਪ ਕੀਤੀ, ਮਤਲਬ ਐਕਸਰਾ ਵਗੈਰਾ ਕੀਤਾ ਜੀ, ਫਿਰ ਉੱਦਣ ਤੋਂ ਪਲਸਤਰ ਕਰਤੇ ਜੀ। ਅੱਜ 9ਵੇਂ ਦਿਨ ਹੀ ਖੋਲ ਦਿੱਤਾ ਜੀ, ਬੱਚਾ ਬਹੁਤ ਵਧੀਆ ਹੱਥ ਮੋੜ ਰਿਹਾ ਜੀ। ਠੀਕ ਆ ਜੀ, ਅਸੀਂ ਇਸ ਗੱਲ 'ਤੇ ਖੁਸ਼ ਹਾਂ ਜੀ। ਮਤਲਬ ਇਲਾਜ ਵਧੀਆ ਹੋ ਗਿਆ ਨਾ? ਹਾਂਜੀ, ਇਲਾਜ ਵਧੀਆ ਹੋ ਗਿਆ, ਮਿਹਰਬਾਨੀ ਜੀ। ਇਲਾਜ ਕਰਾਇਆ ਕਿੱਥੋਂ ਤੁਸੀਂ? ਇਲਾਜ ਕਿੱਥੋਂ ਕਰਾਇਆ ਬਾਈ ਤੁਸੀਂ? ਮਹਾਰਾਜਾ ਹੋਸਪਿਟਲ ਬਹਰਾਮ ਤੋਂ ਜੀ। ਡਾਕਟਰ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ, ਧੰਨਵਾਦ ਕਰਦੇ ਜੀ ਅਸੀਂ। ਮਤਲਬ ਖੁਸ਼ ਹੈ ਤੁਸੀਂ? ਹਾਂਜੀ ਖੁਸ਼ ਹੈ।